ਅਸਲਾਮੁ ਅਲੈਕਮ, ਨਜ਼ੀਰ ਅਹਿਮਦ ਮੇਰਾ ਨਾਮ ਹੈ। ਬਾਬੇ ਰਊਫ ਦਾ ਐਡਰੈਸ ਭਾਈ ਜਾਨ ਤੁਸੀਂ ਨੋਟ ਕਰ ਲਓ। ਤੁਸੀਂ ਪਾਕਿਸਤਾਨ ਦੇ ਕਿਸੇ ਵੀ ਸ਼ਹਿਰ 'ਚ ਰਹਿੰਦੇ ਹੋ, ਆਰਫ ਵਾਲੇ ਲਾਰੀ ਅੱਡੇ 'ਤੇ ਆਉਣਾ। ਲਾਰੀ ਅੱਡੇ 'ਤੇ ਆ ਕੇ ਕਿਸੇ ਨੂੰ ਵੀ ਪੁੱਛ ਲਓ ਕਿ ਮੈਂ ਕਚਹਿਰੀ ਵਾਲੀ ਸਬਜ਼ ਮੰਡੀ ਜਾਣਾ। ਜਦੋਂ ਭਾਈ ਜਾਨ ਤੁਸੀਂ ਕਚਹਿਰੀ ਵਾਲੀ ਸਬਜ਼ ਮੰਡੀ ਆ ਗਏ ਨਾ, ਕਚਹਿਰੀ ਵਾਲੀ ਸਬਜ਼ ਮੰਡੀ ਦੇ ਨਾਲ ਫੁੱਲਾਂ ਵਾਲੀ ਨੰਸਰੀ ਹੈ, ਨਾਲ ਹੀ ਫਾੜਕ ਹੈ ਭਾਅ ਜੀ। ਫਾੜਕ ਫਾੜਕ ਤੋਂ ਨਾ ਭਾਈ ਜਾਨ ਲਹਿੰਦੇ ਵਾਲੇ ਪਾਸੇ 150 ਫੁੱਟ ਤੁਸੀਂ ਲੈ ਆਉਣਾ। 150 ਫੁੱਟ ਨਾ ਲਹਿੰਦੇ ਵਾਲੇ ਪਾਸੇ ਫਾੜਕ ਤੋਂ ਥੱਲੇ ਉਤਰੇ ਆਉਣਾ। 150 ਫੁੱਟ 'ਤੇ ਖੜੋ ਕੇ ਤੁਸੀਂ ਵੇਖਣਾ, ਇੱਕ ਲੰਮੀ ਜਿਹੀ ਦੀਵਾਰ ਨਜ਼ਰ ਆਏਗੀ, ਪਰਲੇ ਪਾਸੇ ਮਕਾਨ ਨੇ, ਥੱਲੇ ਫੜੀਆਂ ਲੱਗੀਆਂ ਹੋਈਆਂ ਨੇ, ਇੱਕ ਸੁੱਕਾ ਜਿਹਾ ਦਰਖਤ ਵੀ ਖੜਾ ਹੈ। ਬਾਬਾ ਜੀ ਜਾਂ ਕੁਰਸੀ 'ਤੇ ਬੈਠੇ ਹੋਣਗੇ ਜਾਂ ਮੰਜੇ 'ਤੇ ਬੈਠੇ ਹੋਣਗੇ। ਸਫੈਦ ਵਾਲ ਨੇ, ਸਫੈਦ ਦਾੜ੍ਹੀ ਹੈ। ਬਾਬਾ ਰਊਫ ਨਾਮ ਹੈ, ਕੌਮ ਦਾ ਅਰਾਈ ਹੈ। 53 ਬਾਗ ਵਾਲੀ ਪਿੰਡ ਹੈ, ਉੱਥੇ ਨਹੀਂ ਜਾਂਦਾ, ਇੱਥੇ ਆਰਫ ਵਾਲੇ ਸਬਜ਼ ਮੰਡੀ ਦੇ ਕੋਲ ਉਹਨੇ ਡੇਰਾ ਲਾਇਆ। ਭਾਈ ਜਾਨ ਤਵੀਜ਼ ਧਾਗਾ ਨਹੀਂ ਦਿੰਦਾ, ਪੈਸੇ ਨਹੀਂ ਲੈਂਦਾ, ਖਾਲੀ ਦਵਾ ਕਰਦਾ। ਜਿਹਨੂੰ ਦਿਲੋਂ ਦਵਾ ਕਰ ਦੇਵੇ ਨਾ ਭਾਈ ਜਾਨ, ਉਸ ਬੰਦੇ 'ਤੇ ਅੱਲਾ ਦੀ ਰਹਿਮਤ ਹੋ ਜਾਂਦੀ ਹੈ। ਅੱਲਾ ਪਾਕ ਬਾਬੇ ਰਊਫ ਦੀ ਦਵਾ ਬੜੀ ਕਬੂਲ ਕਰਦਾ। ਦਵਾ ਕਰਵਾਉਣ ਦਾ ਤਰੀਕਾ ਸੁਣ ਲਓ। ਜਦੋਂ ਬਾਬੇ ਰਊਫ ਕੋਲ ਜਾਣਾ ਨਾ ਭਾਅ ਜੀ, ਤੁਸੀਂ ਜਾਂਦਿਆਂ ਸਲਾਮ ਬੁਲਾਉਣਾ, ਸਲਾਮ ਤੋਂ ਬਾਅਦ ਦਸਤੀ ਤੁਸੀਂ ਕਹਿਣਾ ਕਿ ਬਾਬਾ ਜੀ ਦੋਵੇਂ ਹੱਥ ਚੱਕ ਕੇ ਦਵਾ ਕਰ ਦਿਓ। ਜਦੋਂ ਬਾਬਾ ਰਊਫ ਦੋਵੇਂ ਹੱਥ ਚੱਕ ਕੇ ਦਵਾ ਕਰੇ ਨਾ ਭੈਣ, ਉਦੋਂ ਤੁਸੀਂ ਗੱਲ ਸ਼ੇਅਰ ਕਰਨੀ। ਤੁਸੀਂ ਇਹ ਨਹੀਂ ਕਹਿਣਾ ਵੀ ਅਸੀਂ ਵੀਡੀਓ ਵੇਖੀ, ਫਲਾਣੀ ਜਗ੍ਹਾ ਤੋਂ ਆਏ ਹਾਂ। ਉਹਨੇ ਤੁਹਾਨੂੰ ਕਹਿਣਾ ਦਰਬਾਰਾਂ 'ਤੇ ਜਾਓ, ਫਲਾਣੀ ਜਗ੍ਹਾ 'ਤੇ ਜਾਓ, ਫਲਾਣੀ ਜਗ੍ਹਾ 'ਤੇ ਜਾਓ, ਤੁਹਾਡੀ ਗੱਲ ਨਹੀਂ ਸੁਣੇਗਾ। ਜਾਂਦਿਆਂ ਸਲਾਮ ਬੁਲਾਓ, ਸਲਾਮ ਤੋਂ ਬਾਅਦ ਦਸਤੀ ਕਹਿ ਦਿਓ ਕਿ ਬਾਬਾ ਜੀ ਦੋਵੇਂ ਹੱਥ ਚੱਕ ਕੇ ਦਵਾ ਕਰ ਦਿਓ। ਜਦੋਂ ਦਵਾ ਸ਼ੁਰੂ ਕਰੇ ਉਦੋਂ ਗੱਲ ਸ਼ੇਅਰ ਕਰ ਦਿਓ। ਅੱਲਾ ਦੇ ਹੁਕਮ ਨਾਲ ਤੁਹਾਡਾ ਕੰਮ ਹੋਏਗਾ। ਹਜ਼ਾਰਾਂ ਬੰਦਿਆਂ ਦੇ ਕੰਮ ਹੋਏ ਨੇ, ਸਾਡੇ ਵੀ ਹੋਏ ਨੇ, ਅਤੇ ਵੀਡੀਓ ਬਣਾ ਰਹੇ ਹਾਂ। ਕੋਈ ਤਵੀਜ਼ ਧਾਗਾ ਨਹੀਂ, ਕੋਈ ਪੈਸੇ ਨਹੀਂ ਲੈਂਦਾ। ਹਾਂ, ਜੇ ਤੁਸੀਂ ਫਿਰ ਵੀ ਭੁੱਲ ਜਾਓ, ਮੇਰਾ ਵਟਸਐਪ ਨੰਬਰ ਹੈ, ਲਿਖ ਲਓ। ਮੇਰਾ ਨੰਬਰ ਹੈ 0301-5584-766। ਨਜ਼ੀਰ ਅਹਿਮਦ ਮੇਰਾ ਨਾਮ ਹੈ। ਤੁਸੀਂ ਭਾਅ ਜੀ ਮੈਨੂੰ ਵੈਸ ਮੈਸੇਜ ਕਰੋਗੇ ਨਾ, ਮੈਂ ਤੁਹਾਨੂੰ ਜਵਾਬ ਦਿਆਂਗਾ। ਜੇ ਤੁਸੀਂ ਮੈਨੂੰ ਕਾਲਾਂ ਕਰੋਗੇ, ਮੈਂ ਤੁਹਾਡੀ ਕਾਲ ਨਹੀਂ ਚੱਕਾਂਗਾ। ਫਿਰ ਐਡਰੈਸ ਨੋਟ ਕਰ ਲਓ। ਪਾਕਿਸਤਾਨ ਦੇ ਕਿਸੇ ਸ਼ਹਿਰ 'ਚ ਰਹਿੰਦੇ ਹੋ, ਆਰਫ ਵਾਲੇ ਸ਼ਹਿਰ 'ਚ ਬਾਬਾ ਰਊਫ ਰਹਿੰਦਾ, ਤਵੀਜ਼ ਧਾਗਾ ਨਹੀਂ ਦਿੰਦਾ, ਪੈਸੇ ਨਹੀਂ ਲੈਂਦਾ, ਖਾਲੀ ਦਵਾ ਕਰਦਾ। ਅੱਲਾ ਪਾਕ ਬਾਬੇ ਰਊਫ ਦੀ ਦਵਾ ਬੜੀ ਕਬੂਲ ਕਰਦਾ। ਇਹ ਜਿਹੜੇ ਬਾਹਰ ਦੇ ਮੁਲਕਾਂ 'ਚ ਲੋਕ ਫਸੇ ਹੋਏ ਨੇ, ਜਿਨ੍ਹਾਂ ਦੇ ਕਾਰੋਬਾਰ ਨਹੀਂ ਚੱਲ ਰਹੇ, ਜਾਂ ਵਤਨ ਆਉਣ ਵਾਸਤੇ ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗ ਰਹੇ, ਜਿਨ੍ਹਾਂ ਦੇ ਕਾਗਜ਼ ਕਲੀਅਰ ਨਹੀਂ ਨੇ, ਭਾਈਆਂ ਨੇ ਬਾਬਾ ਜੀ ਕੋਲ ਮੋਬਾਈਲ ਨਹੀਂ ਹੁੰਦਾ, ਜਿਹਨੂੰ ਮਰਜ਼ੀ ਭੇਜ ਕੇ ਨਾ ਵੀਡੀਓ ਕਾਲ 'ਤੇ ਦਵਾ ਕਰਵਾ ਲਓ। ਹਾਂ, ਵੀਡੀਓ ਕਾਲ 'ਤੇ ਵੀ ਦਵਾ ਕਰ ਦਿੰਦਾ,